आओ करिए गल पंजाबियां दी कि कैसी जिंदगी जिउंदे ने, किन्नी कदर करन किसे रिश्ते दी कि जे अपने आप नूं चाहुंदे ने, कहिंदे दुश्मन अगे हटदे ने, किवें मंगला धर्म बचाउंदे ने। दोस्तों मंगला ठूर वल्लों सति श्री अकाल। तो मैं अज कल आया होया जी USA, तो इस वेले मैं बेकरसफील्ड दे विच, ते इत्थों दे जिहड़े पंजाबी ने उह किन्नियां मेहनतां करके इत्थे तक पहुँचे ने, तो उन्हां बारे अज मेरे बहुत ही प्यारे दोस्त नाल गल करांगे, जतिंदर तूर दे नाल। ते तुसी साडे नाल वीडियो च एंड तक बने रहो जी, ते मैं तुहाडी मुलाकात करवाउणा जतिंदर तूर नाल। सति श्री अकाल जी। हाँ जी तूर साहब, सत श्री अकाल पहला तो सारे वालों। हाँ जी सत श्री अकाल जी सारे। की हाल चाल ने जी? बस बहुत वधिया जी। अज तुहाडे शहर आए हुए हैं जी बेकरसफील्ड। पहला तुसी अपने बारे दसो जी, किहड़ा पिंड अपना? मेरा पिंड है जी खोसा कोटला, मोगा जिले दे विच पैंदा। मोगी जिले च? हाँ जी। अच्छा जी, ते इत्थे किहड़े सन च आए? मैं जी 2005 च आया सी जी। 2005 च? ठीक है जी, ठीक है। इत्थे सीधे इत्थे ही आए बेकरसफील्ड? हाँ जी मैं बेकरसफील्ड आया सीधा। अच्छा जी, मैं दसना चाहना भी जतिंदर तूर जी जिथे इन्ने वधिया इंसान आ, उत्थे बहुत ही वधिया रियल्टर ने, ते बहुत इन्हां दा कामकार बहुत सोहना। ते इह इक तां तुहाडा थैंक यू जी, जिहड़ा तुसीं पंजाबीयत नूं इन्ना प्यार करदे हो कि जदों भी कोई पंजाब तों आउंदा, बेशक कोई गीतकार आ, कोई गायक आ, जां कोई होर, जिवें मेरे भी तुसीं प्रोग्राम रखदे हो काफ़ी, है ना, ते जिहड़े जिहड़े भी सज्जण आउंदे आ, तुसीं बड़ा प्यार दिंदे हो, ते ये तुसी अपनी मिट्टी नाल जुड़े हैं, ये तां करके आए जी, ते इहदे लई बहुत तुहाडा थैंक यू। ते सानू तुसी, मैं इस करके तुहाडे नाल गल्लबात करन लग्या कि कई वारी असीं जिहड़े उधरों, मैं भी आह एरिया पहली बार देख रहा, आउंदे नूं तां मैनूं बहुत साल हो गए, है ना, 10-12 साल हो गए, ते आह जिहड़ा रहायशी एरिया इहदे विच ਥੋੜਾ ਜਿਹਾ ਇਹਦੇ ਬਾਰੇ ਆਪਾਂ ਦੇਖੀਏ ਕੀ ਆ, ਇਹ ਕੀ ਆ ਜੀ? ਪਹਿਲਾਂ ਤਾਂ ਇਹ ਦੱਸੋ ਜੀ ਇਹ ਕੀ ਆ? ਇਹ ਆਪਣਾ ਕਲੱਬ ਹਾਊਸ ਬਣਿਆ ਹੋਇਆ ਜੀ, ਇਹ ਜਿਹੜੀ ਕਮਿਊਨਿਟੀ ਹੈਗੀ ਸਾਰੀ ਬੈਲਕੋਟ ਸੈਵਨ ਓਕਸ ਦੇ ਵਿੱਚ, ਤੇ ਇਹ ਇਹਨਾਂ ਦਾ ਜਿਹੜੇ ਵੀ ਇੱਥੋਂ ਦੇ ਘਰ, ਜਿੰਨੇ ਵੀ ਲੋਕਾਂ ਨੇ ਘਰ ਲਏ ਹੋਏ ਆ, ਉਹਨਾਂ ਨੂੰ ਇਹਦੀ ਆਟੋਮੈਟਿਕ ਮੈਂਬਰਸ਼ਿਪ ਹੁੰਦੀ ਆ। ਇਹ ਘਰਾਂ ਘਰਾਂ ਲਈ ਆ? ਹਾਂਜੀ ਹਾਂਜੀ, ਘਰਾਂ ਘਰਾਂ ਵਾਸਤੇ। ਜਾਣੀ ਆਮ ਨਹੀਂ ਹੈਗਾ ਕੋਈ ਵੀ ਦੂਰੋਂ? ਹਾਂਜੀ ਇਹ ਕਲੱਬ ਹਾਊਸ ਬਣਾ ਹੋਇਆ, ਇਹਦੇ ਵਿੱਚ ਹਰ ਚੀਜ਼ ਹੈਗੀ ਅੰਦਰ, ਲਾ ਲਓ ਕਿ ਜਿਵੇਂ ਇੱਕ ਛੋਟਾ ਜਿਹਾ ਜਿਮ ਵੀ ਹੈ, ਉਦੋਂ ਬਾਅਦ ਲਾਇਬ੍ਰੇਰੀ ਬਣੀ ਹੋਈ ਹੈ ਬੈਠ ਕੇ। ਅੱਛਾ, ਜਿਹਨੇ ਇੱਥੇ ਘਰ ਲੈ ਲਿਆ ਉਹਦੀ ਆਪਣੇ ਆਪ ਉਹ ਮੈਂਬਰਸ਼ਿਪ ਹੋ ਜਾਂਦੀ ਆ। ਦਿਖਾਓ ਤਾਂ ਜੀ ਅੱਗੇ। ਤੁਸੀਂ ਵੀ ਇੱਥੇ ਘਰ ਵੇਚਿਆ ਜੀ? ਹਾਂਜੀ ਹਾਂਜੀ। ਕੀ ਬਾਤ ਹੈ ਜੀ, ਕੀ ਬਾਤ। ਅੱਛਾ ਜੀ, ਇਹ ਹੈ ਜੀ? ਹਾਂਜੀ ਇਹ ਮੇਨ ਐਂਟਰੈਂਸ ਹੈ ਜੀ, ਜੋ ਸਾਰਾ ਕੁਝ ਬਣਿਆ ਹੋਇਆ ਹੈ, ਸਵਿਮਿੰਗ ਜੀ, ਰਿਸੋਰਟ ਸਾਈਲ ਪੂਰਾ, ਸਵਿਮਿੰਗ ਪੂਲ ਵਿੱਚ ਸਾਰਾ ਕੁਝ ਬਣਿਆ ਹੋਇਆ ਹੈ, ਸਾਰੀਆਂ ਫੈਸਿਲਿਟੀਜ਼ ਹੈਗੀਆਂ। ਠੀਕ ਹੈ ਜੀ, ਠੀਕ ਆ। ਤੇ ਇੱਧਰ ਇਹ ਪਾਰਕ ਹੈ? ਹਾਂਜੀ ਇਹ ਸਾਰਾ ਜਿਹੜਾ ਪਾਰਕ ਆ ਇਸੇ ਕਮਿਊਨਿਟੀ ਦਾ, ਜਿਹੜਾ ਇੱਥੇ ਜੇ ਪਾਰਕ ਦੇ ਵਿੱਚ ਕੋਈ ਵੀ ਆ ਜਾਂਦਾ, ਜਿਵੇਂ ਉੱਥੇ ਸਾਰੇ ਇੱਥੇ ਕੋਈ ਜ਼ਰੂਰੀ ਨਹੀਂ ਗਾ, ਪਰ ਇਹ ਜਿਹੜੀ ਆ ਇੱਥੇ ਲੋਕਡ ਹੁੰਦਾ, ਉਹਨਾਂ ਕੋਲ ਐਕਸੈਸ ਹੈਗੀ ਆ ਵੀ, ਜਿਹੜੇ ਇੱਥੋਂ ਦੇ ਜਿਹਨਾਂ ਦੇ ਇੱਥੇ ਘਰ ਹੈਗੇ ਆ ਅਤੇ ਮੈਂਬਰ ਹੈਗੇ ਜਿਹੜੇ। ਠੀਕ ਹੈ ਜੀ, ਇੱਧਰ ਦੇਖੀਏ ਜੀ ਪਾਰਕ ਦੇ ਵਿੱਚ। ਹਾਂਜੀ ਹਾਂਜੀ। ਇਹ ਕਿਹੜਾ ਏਰੀਆ ਵੱਜਦਾ ਜੀ? ਇਹ ਹੈ ਜੀ ਬੈਲਕੋਟ ਸੈਵਨ ਓਕਸ। ਦੇਖੋ ਜੀ, ਤੁਹਾਡੀ ਵੀਡੀਓ ਨੂੰ ਸਾਰੇ ਦੇਖਣਗੇ ਸਾਡੇ ਪੰਜਾਬ ਦੇ ਵਿੱਚ ਵੀ। ਹਾਂਜੀ ਤੂਰ ਸਾਹਿਬ ਕਿੱਥੇ ਰਹਿੰਦੇ ਆ? ਠੀਕ ਹੈ ਜੀ, ਉੱਧਰ ਤਾਂ ਬਹੁਤ ਸੋਹਣਾ ਸੋਹਣੇ ਨੇ ਦੇਸ਼ ਜੀ, ਜਿੱਥੇ ਵੀ ਜਾਈਏ ਇੱਦਾਂ ਦਾ ਹੀ ਆ ਜੀ ਮਾਹੌਲ, ਅਤੇ ਪਰ ਇੱਥੇ ਖੁੱਲ੍ਹਾ ਖੁੱਲ੍ਹਾ ਬਹੁਤ ਲੱਗਿਆ ਜੀ ਬੇਕਰਸਫੀਲਡ ਨੂੰ, ਰੀਜਨ ਨੂੰ ਬੇਕਰਸਫੀਲਡ ਦੇਖੋ ਜੀ। ਵਾਹ ਜੀ ਵਾਹ। ਇਹ ਕਿਹੜਾ ਚੌਂਕ ਆ ਜੀ ਕੁਛ ਇਹਦਾ, ਇਹਦੇ ਬਾਰੇ? ਚੌਂਕ ਇਹਦੇ 'ਚ ਮੈਂ ਥੋੜ੍ਹੀ ਥੋੜ੍ਹੀ ਵੈਸੇ ਨਾ ਚੌਂਕ ਬਣੇ ਹੋਏ ਆ ਇੱਥੇ, ਜਿਵੇਂ ਮਤਲਬ ਕਿ ਇਹਨੂੰ ਮਤਲਬ ਖੂਬਸੂਰਤ ਬਣਾਇਆ ਹੋਇਆ ਉਹਨਾਂ ਨੇ ਨਾ। ਨਹੀਂ ਸਾਡੇ ਚੌਂਕਾਂ ਦੇ ਨਾਂ ਨਹੀਂ ਰੱਖੇ ਹੋਏ, ਚੌਂਕ ਦੇ ਨਾਂ ਨਹੀਂ ਇੱਥੇ ਰੱਖੇ ਹੋਏ ਇਹਨਾਂ ਨੇ। ਠੀਕ ਹੈ ਜੀ, ਹਾਂਜੀ ਹਾਂ, ਇਹ ਪਾਰਕ ਦਾ ਨਾਂ ਹੋਊ ਹੈ ਨਾ? ਹਾਂਜੀ ਆ ਪਾਰਕ ਦਾ ਨਾਂ ਹੈਗਾ ਜੀ ਬੈਲਕੋਟ ਪਾਰਕ, ਉਹ ਸਾਹਮਣੇ ਸਾਈਨ ਲਾਏ ਉਹਨਾਂ ਨੇ। ਅੱਛਾ ਜੀ, ਅੱਛਾ ਜੀ, ਬੈਲਕੋਟ ਪਾਰਕ, ਠੀਕ ਹੈ ਜੀ। ਮੈਂ ਤਾਂ ਫਲੈਗ ਲੱਗਿਆ ਉੱਥੇ ਪਾਰਕ ਦੇ। ਵਾਹ ਜੀ ਵਾਹ।
देखो जी कितना सोहना एरिया है। फिर पंजाब हर साल जाने हो जी? गुरमीत तूर लाने गुरमीत तूर सारी फैमिली इत्थे है। साडा गुरप्रीत गोपी तूर ओह ते उहदी सारी फैमिली भी सारे इत्थे हैगे आ। ते उहदू बाद मुंडा जसवंत हैगा साडे पिंड वाले ओह वी हुण इत्थे हैगा। ਮੈਂ ਦੀਆਂ ਜਦ ਆਉਂਦੀਆਂ ਫਿਰ ਪੂਰੀਆਂ ਹਾਂਜੀ ਅੱਜ ਇਕੱਠੇ ਬਹਿ ਕੇ ਲਾਉਂਦੇ ਹੋਵੋਗੇ ਗੱਪ ਸੱਪ ਤੁਸੀਂ? ਹਾਂਜੀ ਹਾਂਜੀ ਚੱਲਦਾ ਰਹਿੰਦਾ ਜੀ। ਹੈਂ ਹਾਂਜੀ ਕਦੀ ਹੱਸਣ ਲੱਗ ਪਈਏ ਕਦੀ ਅੱਖੀਆਂ ਭਰਦੇ ਆ ਜਦ ਮਿਲੀਏ ਚਾਰ ਪੰਜਾਬੀ ਪਿੰਡ ਦੀਆਂ ਗੱਲਾਂ ਕਰਦੇ। ਤੂਤਾਂ ਵਾਲੀ ਛਾਂ ਅੱਗੇ ਮਤਲਬ ਕੀ ਏ ਸੀ ਦਾ ਯੋਨੀ ਵਾਕਰ ਭੁੱਲ ਜਾਂਦੀ ਪੈਗ ਲਾ ਕੇ ਦੇਸੀ ਦਾ ਵਿੱਚ ਘੜੇ ਦੇ ਗੁੜ ਘੋਲ ਨੂੰ ਅਜੇ ਨਾ ਡਰਦੇ ਆ। ਜਦ ਮਿਲੀਏ ਚਾਰ ਪੰਜਾਬੀ ਤਾਂ ਪਿੰਡ ਦੀਆਂ ਗੱਲਾਂ ਕਰਦੇ। ਦਿਖਾਈਏ ਜੀ ਪਾਰਕ ਦੇਖੋ ਜੀ ਕਿੰਨਾ ਸੋਹਣਾ ਕੀਤਾ ਹੋਇਆ। ਹਾਂਜੀ ਵਾਹ ਜੀ ਵਾਹ ਵਾਹ ਦੂਰ ਤੱਕ ਕੈਸਾ ਵਾਤਾਵਰਨ ਆ ਜੀ। ਹੈਂ ਇਹ ਫਿਰ ਕਿੰਨੇ ਕੁ ਜਾਣੇ ਹੋਣੇ ਜੀ ਜਿਹੜੇ ਇੰਨੀ ਵੱਡੀ ਪਾਰਕ ਨੂੰ ਇਹ ਕਰਦੇ ਆ ਮੇਨਟੇਨ? ਇੱਥੇ ਮੇਨਟੇਨ ਕਰਨ ਵਾਸਤੇ ਵੀ ਜਿਵੇਂ ਇੱਕ ਸਪੈਸ਼ਲ ਲੈਂਡਸਕੇਪਿੰਗ ਕੰਪਨੀ ਆ ਮੌਂਜੀ ਲੈਂਡਸਕੇਪਿੰਗ ਕਹਿੰਦੇ ਵਹੀਕਲ ਸਪੀਡ ਦੇ ਵਿੱਚ ਬਹੁਤ ਤਕੜੀ ਆ ਸਭ ਤੋਂ ਵੱਡੀ ਜਿਹੜੀ ਉਹ ਇਹਨਾਂ ਨੇ ਹਾਇਰ ਕੀਤੀ ਹੋਈ ਆ ਇੱਥੇ। ਕਾਫੀ ਬੰਦੇ ਹੁੰਦੇ ਐਵਰੀ ਡੇ ਜਿਹੜੇ ਬੰਦੇ ਇੱਥੇ ਕੰਮ ਕਰਦੇ ਆ ਤੇ ਜੋ ਕਾਂਟ ਛਾਂਟ ਕਰਨੀ ਹੈਗੀ ਆ ਮੇਨਟੇਨ ਲੋਨ ਵਗੈਰਾ ਜੋ ਵੀ ਕੁਛ ਕਰਨਾ ਐਵਰੀ ਡੇ ਇੱਥੇ ਉਹ ਆਉਂਦੇ ਆ ਚੈੱਕ ਕਰਦੇ ਕੋਈ ਦਰਖਤਾਂ ਨਹੀਂ ਕੱਟਣ ਵਾਲਾ ਕੁਛ ਵੀ ਹੈ। ਸਾਡੇ ਤਾਂ ਬੂਟੇ ਖਾ ਜਾਣੇ ਸੀ ਜੀ ਅੱਧੇ ਗਾਈਆਂ ਨੇ। ਦੇਖੋ ਜੀ ਇੱਥੇ ਤਾਂ ਕੇਅਰ ਕਰਦੇ ਆ ਸਾਰੇ। ਵਾਹ ਜੀ ਵਾਹ ਇਹ ਜਿਵੇਂ ਮੰਨ ਲਓ ਜੀ ਹਰ ਇੱਕ ਕੀ ਕਹਿੰਦੇ ਆ ਜੀ ਇਹਨਾਂ ਨੂੰ ਜਿਵੇਂ ਆਪਣੇ ਕਹਿੰਦੇ ਸਵਰਬ ਕੀ ਕਹਿੰਦੇ ਆ ਆਪਣੇ ਇੱਥੇ ਕੀ ਕਹਿੰਦੇ ਆ ਸਵਰਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ। ਹਾਂ ਅਤੇ ਹਰ ਸਵਰਬ ਦੇ ਵਿੱਚ ਇੱਦਾਂ ਦੀ ਪਾਰਕ ਹੋਊਗੀ ਆਲਮੋਸਟ ਹੁੰਦੀ ਹੈ ਇੱਦਾਂ ਦੀ ਪਰ ਐਡੀ ਐਡੀ ਹਾਂ ਨਹੀਂ ਛੋਟੀਆਂ ਵੀ ਹੁੰਦੀਆਂ ਡਿਪੈਂਡ ਕਰਦਾ ਕਈ ਕਮਿਊਨਿਟੀਜ਼ ਆ ਜਿਹੜੀਆਂ ਛੋਟੀਆਂ ਪਰ ਕਈ ਜਿਵੇਂ ਕਿ ਇਹ 7 ਓਕਸ ਏਰੀਆ ਬੇਕਰ ਸਪੀਡ ਦੇ ਵਿੱਚ ਆ ਜਾਣੀ ਕਿ ਇਹਨੂੰ ਥੋੜ੍ਹਾ ਵਧੀਆ 'ਚ ਗਿਣਿਆ ਜਾਂਦਾ ਹੈ ਅਤੇ ਇੱਥੇ ਹਰ ਚੀਜ਼ ਹੀ ਮਤਲਬ ਕਿ ਆਮ ਨਾਲੋਂ ਬੈਟਰ ਹੈ ਅਤੇ ਮਤਲਬ ਜੋ ਦੇਖੋ ਲੈਂਡਸਕੇਪ ਹਰ ਚੀਜ਼ ਹੈਗੀ ਹੈ ਥੋੜ੍ਹੀ ਵਧੀਆ ਬਣਾਈ ਉਹਨਾਂ ਨੇ। ਆਹ ਕਾਹਦੇ ਲਈ ਬਣਾਈਆਂ ਹੋਈਆਂ ਆਹ ਜਿਹੜੇ ਆਹ ਸੀਮੈਂਟ ਦੇ? ਬਸ ਐਂ ਆ ਵੀ ਬੱਚੇ ਜਿਵੇਂ ਇੱਥੇ ਆ ਕੇ ਆਪਣਾ ਖੇਡਣ ਖੁੱਡਣ ਦੇ ਲਈ ਜਿਵੇਂ ਛੋਟੇ ਖੇਡਣ ਲਈ ਜਾਂ ਬੈਠਣ ਲਈ ਬੈਠਣ ਲਈ ਬੈਠ ਜਾਂਦੇ ਅਤੇ ਆ ਕੇ ਜਿਵੇਂ ਕੋਈ ਇੱਥੇ ਐਕਟੀਵਿਟੀ ਕਰ ਜਾਂਦਾ ਨਾ। ਹਾਂਜੀ ਮੰਨ ਲਓ ਕੁਛ ਵੀ ਲਾ ਲਓ ਕੋਈ ਭੰਗੜਾ ਹੀ ਕਰ ਰਿਹਾ ਕੁਛ ਵੀ ਕਰ ਰਿਹਾ ਬੱਚੇ ਐਂ ਬੈਠ ਜਾਂਦੇ ਆ ਕੇ ਛੋਟੀ ਛੋਟੀ ਐਕਟੀਵਿਟੀ ਕਰਦੇ ਜਿਹੜੇ। ਠੀਕ ਬਾਕੀ ਹੋਰ ਬਥੇਰੇ ਲੋਕ ਜਿਹੜੇ ਕਮਿਊਨਿਟੀ ਜਿਵੇਂ ਆ ਕੇ ਇੱਥੇ ਬੈਠ ਕੇ ਆਪਦਾ ਟਾਈਮ ਪਾਸ ਕਰਦੇ ਛੋਟੇ ਛੋਟੇ ਬੱਚਿਆਂ ਨਾਲ। ਇੱਥੇ ਘੁੰਮਣ ਆਏ ਜੀ ਪਾਰਕ ਹੈ। ਵਾਹ ਜੀ ਵਾਹ ਬਹੁਤ ਵਧੀਆ ਮਾਹੌਲ ਆ। ਹਾਂਜੀ ਫਿਰ ਜਦੋਂ ਮਤਲਬ ਸ਼ਨੀ ਐਤਵਾਰ ਨੂੰ ਤਾਂ ਭਰਿਆ ਹੁੰਦਾ ਹੋਣਾ ਇਹ? ਹਾਂਜੀ ਹਾਂਜੀ ਵੀਕਐਂਡ ਤੇ। ਆ ਦੇਖੋ ਪੱਧਰਾ ਪੱਧਰਾ ਨਹੀਂ ਕੀਤਾ ਜੀ ਹਨਾ ਐਂ ਜਿਵੇਂ ਪੱਧਰਾ ਵੀ ਇੱਥੇ ਕਰਦੇ ਇਸ ਚੀਜ਼ ਨੂੰ ਵਧੀਆ ਗਿਣਿਆ ਜਾਂਦਾ ਜਿਵੇਂ ਹੈਗਾ ਨਾ ਉਹਨੂੰ ਉਵੇਂ ਰੱਖਦੇ ਆ। ਠੀਕ ਹੈ ਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣਾ ਏਰੀਆ ਦਿਖਾਇਆ ਅਤੇ
ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਖਿਆਲ ਲੱਗੇ ਸਾਡੇ ਸ਼ਹਿਰ ਵਿੱਚ ਵੀ ਪਹੁੰਚੇ ਤੇ ਸਾਡੇ ਤੁਹਾਨੂੰ ਭਾਗ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਤੇ ਅੱਜ ਪ੍ਰੋਗਰਾਮ ਵੀ ਹੈ ਜੀ ਆਪਣਾ ਹਾਂਜੀ ਅੱਜ ਸ਼ਾਮ ਨੂੰ ਆਪਣਾ ਪ੍ਰੋਗਰਾਮ ਹੈ 5 ਵਜੇ ਹਾਰਟ ਆਫ ਇੰਡੀਆ ਰੈਸਟੋਰੈਂਟ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਬਹੁਤ ਵਧੀਆ ਹੋਊਗਾ ਤੇ ਬਾਕੀ ਆਪਣੇ ਜਿੰਨੇ ਵੀ ਸੱਜਣ ਮਿੱਤਰ ਆ ਉਹਨਾਂ ਕਹਿੰਦੇ ਵੀ ਉੱਥੇ ਆਇਓ ਦਰਸ਼ਨ ਦਿਓ ਤੇ ਸਾਰਿਆਂ ਦਾ ਨਾਲ ਹੀ ਪ੍ਰੋਗਰਾਮ ਸੋਹਣਾ ਲੱਗਦੇ ਆ ਤੇ ਉੱਥੇ ਆਪਾਂ ਬਿਲਕੁਲ ਜੀ ਕਿਰਪਾਲਤਾ ਕਰਨ ਸਾਰੇ ਜਣੇ ਤੇ ਚਲੋ ਜੀ ਫਿਰ ਹੁਣ ਅਗਲੇ ਸਾਲ ਕੋਈ ਗਤੀਵਿਧੀ ਦੇਖਾਂਗੇ ਜੀ ਓਕੇ ਮਹਾਰਾਜ ਥੈਂਕ ਯੂ ਓਕੇ ਜੀ ਧੰਨਵਾਦ ਸਾਰਿਆਂ ਦਾ